ਲੋਹੜੀ ਮਾਘੀ ਅਤੇ ਬਸੰਤ ਪੰਚਮੀ ਤਿਉਹਾਰਾਂ ਦੇ ਦਸਤਕ ਦਿੰਦੇ ਹੀ ਇੱਕ ਵਾਰ ਫਿਰ ਤੋਂ ਪਤੰਗਬਾਜ਼ੀ ਦੇ ਸ਼ੌਕੀਨਾਂ ਵੱਲੋਂ ਮਾਰੂ ਚਾਈਨਾ ਡੋਰ ਦੀ ਵਰਤੋਂ ਕਾਰਨ ਬੇਗੁਨਾਹ ਮਨੁੱਖੀ ਜਾਨਾਂ ਅਤੇ ਬੇਜਵਾਨ ਪਸ਼ੂ ਪੰਛੀਆਂ ਦੇ ਸਿਰ 'ਤੇ ਮੌਤ ਦਾ ਖਤਰਾ ਮੰਡਰਾਉਣ ਦੀਆਂ ਸੰਭਾਵਨਾਵਾਂ ਜ਼ੋਰ ਫੜਨ ਲੱਗੀਆਂ ਨੇ। ਅਜਿਹੇ ਵਿੱਚ ਪੰਜਾਬ ਸਰਕਾਰ ਵੱਲੋਂ ਖੂਨੀ ਡੋਰ ਦੀ ਵਰਤੋਂ ਖਿਲਾਫ਼ ਸਖ਼ਤ ਕਦਮ ਉਠਾਉਂਦੇ ਹੋਏ ਚਾਈਨਾ ਡੋਰ ਨਾਲ ਪਤੰਗ ਉਡਾਉਣ, ਡੋਰ ਵੇਚਣ ਅਤੇ ਖਰੀਦਣ ਵਾਲਿਆਂ ਖਿਲਾਫ਼ ਫੜੇ ਜਾਣ 'ਤੇ 5 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ। ਬਾਜ਼ਾਰਾਂ ਵਿੱਚ ਇਹਨਾਂ ਤਿਉਹਾਰਾਂ ਵਾਸਤੇ ਰੰਗ ਬਿਰੰਗੇ ਕਈ ਕਿਸਮ ਦੇ ਪਤੰਗ ਦੇਖੇ ਜਾ ਸਕਦੇ ਹਨ। ਇਸ ਸੰਬੰਧੀ ਦੁਕਾਨਦਾਰ ਨੇ ਦੱਸਿਆ ਕਿ ਪਤੰਗ 2 ਰੁਪਏ ਤੋਂ ਸ਼ੁਰੂ ਹੋ ਕੇ 120 ਰੁਪਏ ਮੁੱਲ ਤੱਕ ਦੇ ਹਨ। ਉਹਨਾਂ ਦੱਸਿਆ ਕਿ ਇਸ ਵਾਰ ਮੂਸੇਵਾਲਾ, ਤਿਰੰਗਾ ਝੰਡਾ, ਕੈਨੇਡਾ ਝੰਡਾ, ਆਸਟ੍ਰੇਲੀਆ ਝੰਡਾ, ਬੇਬੇ ਬਾਪੂ, ਮਛਲੀ ਅਤੇ ਕਈ ਕਿਸਮ ਪਤੰਗ ਮਾਰਕੀਟ ਵਿੱਚ ਮੌਜੂਦ ਹਨ। ਉਹਨਾਂ ਕਿਹਾ ਕਿ ਇਸ ਵਾਰ ਚਾਈਨਾ ਡੋਰ ਬਿਲਕੁਲ ਨਹੀਂ ਵੇਚੀ ਜਾ ਰਹੀ ਅਤੇ ਇੰਡੀਆ ਦੇ ਧਾਗੇ ਵਾਲੀ 12-ਤਾਰੀ, 8-ਤਾਰੀ ਅਤੇ ਬਰੇਲੀ ਦੀ ਡੋਰ ਹੀ ਵਿਕ ਰਹੀ ਹੈ। ਪਤੰਗ ਆ ਗਿਆ ਜੀ ਮਾਰਕੀਟ ਦੇ ਵਿੱਚ 2 ਰੁਪਏ ਤੋਂ ਲੈ ਕੇ ਸਟਾਰਟਿੰਗ ਹੋ ਜਾਂਦਾ ਹੈ। 2 ਰੁਪਏ ਦਾ ਪਤੰਗ ਆ, 5 ਰੁਪਏ ਦਾ ਪਤੰਗ ਆ, ਔਰ 10 ਰੁਪਏ ਦਾ, ਔਰ 15 ਰੁਪਏ ਪਤੰਗ ਆ ਇਹਦਾ, 15 ਰੁਪਏ ਛੱਜ ਆ ਜਾਂਦਾ ਆ, ਉਸ ਤੋਂ ਬਾਅਦ 20 ਰੁਪਏ ਵਾਲਾ ਛੱਜ ਆ ਜਾਂਦਾ ਆ, ਅਤੇ ਇਹਦੇ ਕਾਫੀ ਵਰਾਇਟੀ ਆ ਚੁੱਕੀ ਮਾਰਕੀਟ ਦੇ। ਤੁੱਕਲ ਵਗੈਰਾ ਆ ਗਈ ਆ, ਮੂਸੇ ਵਾਲਾ ਪਤੰਗ ਆ ਰਿਹਾ ਮਾਰਕੀਟ ਦੇ ਵਿੱਚ, ਬਹੁਤ ਵਿਕ ਰਿਹਾ ਆ, ਅਤੇ ਬਾਕੀ ਕਾਫੀ ਮਤਲਬ ਪਤੰਗ ਦੀ ਵਰਾਇਟੀ ਹੈਗੀ ਆਪਣੀ। ਦੂਸਰੇ ਹੋ ਗਏ ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਇੱਦਾਂ ਦੇ ਝੰਡੇ ਦੇ ਕਾਫੀ ਮਤਲਬ ਇੰਡੀਆ ਦੇ ਝੰਡੇ ਕਾਫੀ ਮਤਲਬ ਪਤੰਗ ਆ ਚੁੱਕੇ ਮਾਰਕੀਟ ਦੇ, ਵਿਕ ਰਿਹਾ ਬੜਾ ਮਾਲ, ਵਧੀਆ ਵਿਕ ਰਿਹਾ, ਬੱਚੇ ਲਿਜਾ ਰਹੇ ਆ। ਔਰ ਗੌਰਮੈਂਟ ਨੇ ਚਾਈਨਾ 'ਤੇ ਪਾਬੰਦੀ ਕੀਤੀ ਆ ਵੀ ਅਸੀਂ ਵੇਚਣੀ, ਇਸ ਚੀਜ਼ ਦੇ ਖਿਲਾਫ਼ ਆ, ਆਪਾਂ ਵੇਚਣੀ ਵੀ ਨਹੀਂ ਹੈਗੀ, ਔਰ ਚਾਈਨਾ ਡੋਰ ਆਪਾਂ ਬਿਲਕੁਲ ਖਤਮ ਕਰਨੀ ਆ ਆਉਣ ਵਾਲੇ ਟਾਈਮ 'ਤੇ, ਸਾਰੀ ਆਪਾਂ ਚਾਈਨਾ ਵੇਚਣੀ ਨਹੀਂ ਹੈਗੀ। ਬਾਕੀ ਆਪਣੇ ਕੋਲ ਧਾਗਾ ਡੋਰ ਵਿਕ ਰਹੀ ਹੈ, ਬੱਚੇ ਲਿਜਾ ਰਹੇ ਆ, ਖੁਸ਼ ਆ। ਚਾਈਨਾ ਡੋਰ ਦੇ ਵਿੱਚ ਬੜੀ ਵਰਾਇਟੀ ਆ ਚੁੱਕੀ ਆ, ਧਾਗੇ ਦੇ ਵਿੱਚ ਕਾਫੀ ਵਰਾਇਟੀ ਆ ਚੁੱਕੀ ਆ। ਉਹਦੇ ਵਿੱਚ ਧਾਗੇ ਦੇ ਵਿੱਚ 12 ਮਿਲ ਜਾਏਗੀ, 12 ਧਾਗੇ, ਜਿਹੜਾ 12 ਹੁੰਦੀ ਆ ਮੇਨ, ਅਤੇ ਬਾਕੀ ਵਿੱਚ ਮਤਲਬ ਕਾਫੀ ਡੋਰ ਵਿਕ ਰਹੀ ਆ ਇਹ ਧਾਗੇ ਵਾਲੀ, 12 ਤਾਰ ਔਰ 8 ਤਾਰ ਔਰ ਬਰੇਲੀ ਦੀ ਡੋਰ ਮਿਲ ਰਹੀ ਹੈ, ਕਾਫੀ ਵਰਾਇਟੀ ਹੈਗੀ ਹੈ। ਉੱਧਰ ਥਾਣਾ ਫਿਲੌਰ ਦੇ SHO ਨੀਰਜ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਤੰਗਬਾਜ਼ੀ ਵਾਸਤੇ ਜਾਨਲੇਵਾ ਚਾਈਨਾ ਡੋਰ ਦੇ ਖਤਰੇ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਗਏ ਨੇ ਅਤੇ ਲੋਕ ਅਗਰ ਇਸ ਸਖ਼ਤ ਕਾਰਵਾਈ ਤੋਂ ਬਚਣਾ ਚਾਹੁੰਦੇ ਨੇ ਤਾਂ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ। ਜਿਹੜੀ ਪਤੰਗਬਾਜ਼ੀ ਕੀਤੀ ਜਾਂਦੀ ਹੈ ਔਰ ਪਤੰਗਬਾਜ਼ੀ ਦੌਰਾਨ ਚਾਈਨਾ ਡੋਰ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਿਹੜਾ ਕਿ ਹਿਊਮਨ ਲਾਈਫ ਵਾਸਤੇ ਵੀ ਬਹੁਤ ਡੇਂਜਰਸ ਆ, ਔਰ ਇਸੇ ਖਤਰੇ ਨੂੰ ਭਾਂਪਦੇ ਹੋਏ ਮਾਣਯੋਗ ਅਦਾਲਤਾਂ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਹੁਤ ਸਖ਼ਤ ਕਦਮ ਚੁੱਕੇ ਗਏ ਹਨ। ਜੋ ਵੀ ਇਸ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਪਾਇਆ ਜਾਂਦਾ ਜਾਂ ਵੇਚਦਾ ਪਾਇਆ ਜਾਂਦਾ ਤਾਂ ਉਹਦੇ ਖਿਲਾਫ਼ ਸਖ਼ਤ ਐਕਸ਼ਨ ਲੈਂਦਿਆਂ ਹੋਇਆਂ 5 ਸਾਲ ਦੀ ਸਜ਼ਾ ਔਰ 1 ਲੱਖ ਰੁਪਏ ਜੁਰਮਾਨਾ ਤੱਕ ਹੋ ਸਕਦਾ ਹੈ। ਇਸ ਵਾਸਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਇਸ ਕਾਰਵਾਈ ਤੋਂ ਬਚਣ ਲਈ ਜਿਹੜੀ ਚਾਈਨੀਜ਼ ਡੋਰ ਆ ਉਹਦਾ ਇਸਤੇਮਾਲ ਨਾ ਕਰਨ। ਧੰਨਵਾਦ ਜੀ।